ਤੋਂ ਲੈ ਚੱਲਦਾ ਜਲੰਧਰ, ਜਿੱਥੇ ਪ੍ਰੈਸ ਕਾਨਫਰੰਸ ਰੋਡ ਸ਼ੋ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। ਸੋ ਇਹ ਤਸਵੀਰਾਂ ਨੇ ਜਲੰਧਰ ਤੋਂ ਰੋਡ ਸ਼ੋਅ ਦੀਆਂ, ਤੁਹਾਡੀ ਟੀਵੀ ਸਕਰੀਨ ਤੇ ਭਰਵਾ ਹੁੰਗਾਰਾ ਜ਼ਰੂਰ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਨੂੰ। ਇੱਥੇ ਤੁਸੀਂ ਵੇਖੋਗੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦੇ ਇਸ ਰੋਡ ਸ਼ੋਅ ਦੇ ਵਿੱਚ ਵੱਡੀ ਭੀੜ ਜੁਟੀ ਹੈ, ਗੱਡੀ ਅੱਗੇ ਮੂਵ ਕਰਨਾ ਵੀ ਮੁਸ਼ਕਿਲ ਹੋ ਪਾ ਰਿਹਾ। ਹਾਲਾਂਕਿ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਇਹ ਭੀੜ, ਇਹ ਇਕੱਠ, ਇਹ ਉਤਸ਼ਾਹ, ਇਹ ਪਿਆਰ ਕੀ ਵੋਟ ਬੈਂਕ ਦੇ ਵਿੱਚ 20 ਤਰੀਕ ਨੂੰ ਤਬਦੀਲ ਹੋ ਸਕੇਗਾ ਜਾਂ ਨਹੀਂ। ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਆਪਣੀ ਜਿੱਤ ਦਾ ਦਾਅਵਾ ਕਰਦੀ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਮੈਂ ਹੋਰਾਂ ਨੂੰ ਭੂਤ ਬਣ ਕੇ ਡਰਾਉਣਾ ਜਦੋਂ ਉਹਨਾਂ ਦੇ ਸੁਪਨਿਆਂ ਦੇ ਵਿੱਚ ਆਉਣਾ। ਅਜਿਹੇ 'ਚ ਹੁਣ ਸਵਾਲ ਇਹੀ ਹੈ ਕਿ ਕੀ ਇਹ ਇਕੱਠ, ਕੀ ਇਹ ਹੁੰਗਾਰਾ ਵੋਟ ਬੈਂਕ ਦੇ ਵਿੱਚ ਤਬਦੀਲ ਹੋਏਗਾ ਜਾਂ ਨਹੀਂ। ਆਮ ਆਦਮੀ ਪਾਰਟੀ ਜੋ 2017 ਦੇ ਵਿੱਚ ਵੋਟ ਫੀਸਦ ਦੇ ਹਿਸਾਬ ਨਾਲ ਭਾਵੇਂ 3 ਨੰਬਰ 'ਤੇ ਰਹੀ ਹੋਵੇ ਪਰ ਮੁੱਖ ਵਿਰੋਧੀ ਧਿਰ ਹੋਣ ਦਾ ਮਾਣ ਹਾਸਲ ਕਰ ਸਕੀ ਸੀ। ਪਹਿਲੀਆਂ ਚੋਣਾਂ ਪੰਜਾਬ 'ਚ ਜਦੋਂ ਲੜੀਆਂ ਤਾਂ ਪਹਿਲੀ ਵਾਰ 'ਚ ਮੁੱਖ ਵਿਰੋਧੀ ਧਿਰ ਬਣੀ, ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡਿਆ। ਹਾਲਾਂਕਿ ਉਸ ਤੋਂ ਬਾਅਦ ਜਦੋਂ ਝਾੜੂ ਤੀਲਾ ਤੀਲਾ ਕਰ ਖਿੰਡਿਆ ਤਾਂ ਕਿਤੇ ਨਾ ਕਿਤੇ ਲੋਕ ਟੁੱਟਦੇ ਚਲੇ ਗਏ, ਕਈ ਵੱਡੇ ਚਿਹਰੇ ਪਾਰਟੀ ਤੋਂ ਟੁੱਟੇ। ਅਤੇ ਅੱਜ ਜਦੋਂ ਪਾਰਟੀ 2022 ਦੀਆਂ ਇਹਨਾਂ ਚੋਣਾਂ ਦੇ ਵਿੱਚ ਉਤਰ ਰਹੀ ਹੈ ਤਾਂ ਵੇਖਣਾ ਹੋਏਗਾ ਕਿ ਇਸ ਚੀਜ਼ ਦਾ ਕਿੰਨਾ ਕੁ ਨੁਕਸਾਨ ਪਾਰਟੀ ਨੂੰ ਝੱਲਣਾ ਪੈਂਦਾ ਹੈ ਜਾਂ ਫਿਰ ਜੋ ਇਹ ਹੁੰਗਾਰਾ ਮਿਲ ਰਿਹਾ ਇਸਦਾ ਫਾਇਦਾ ਕਿੰਨਾ ਹੋਏਗਾ 20 ਤਰੀਕ ਨੂੰ। 20 ਤਰੀਕ ਨੂੰ ਲੋਕਾਂ ਨੇ ਆਪਣਾ ਵੋਟ ਪਾਉਣਾ ਹੈ ਅਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕਿੰਨੇ ਵੋਟ ਭੁਗਤਾਏ ਜਾਣਗੇ ਇਹ ਵੇਖਣਾ ਹੋਏਗਾ। ਅਰਵਿੰਦ ਕੇਜਰੀਵਾਲ ਬਾਰ ਬਾਰ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਵੱਡੇ ਮਾਰਜਨ ਦੇ ਨਾਲ ਅਸੀਂ ਜਿੱਤਾਂਗੇ ਧੂਰੀ ਸੀਟ ਜਿੱਥੋਂ ਭਗਵੰਤ ਮਾਨ ਬਤੌਰ ਉਮੀਦਵਾਰ ਖੜ੍ਹੇ ਨੇ। ਕਹਿੰਦੇ 51,000 ਦੀ ਲੀਡ ਨਾਲ ਭਗਵੰਤ ਮਾਨ ਜਿੱਤਣਗੇ, ਲੋਕਾਂ ਨੇ ਮੈਨੂੰ ਕਿਹਾ। 51,000 ਦਾ ਸ਼ਗਨ ਧੂਰੀ ਦੀ ਜਨਤਾ ਕਿ ਵਾਕਈ ਹੀ ਭਗਵੰਤ ਮਾਨ ਦੀ ਝੋਲੀ ਪਾਏਗੀ, ਇਹ ਤਾਂ 20 ਤਰੀਕ ਦੱਸੇਗੀ। ਪਰ ਫਿਲਹਾਲ ਤੁਸੀਂ ਵੇਖ ਰਹੇ ਹੋ ਕਿ ਜ਼ੋਰ ਪੂਰਾ ਲਾਇਆ ਜਾ ਰਿਹਾ, ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ, ਕਿਤੇ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹਰ ਗਲੀ, ਹਰ ਨੁੱਕੜ, ਹਰ ਸੱਥ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਰਹੇ ਨੇ ਸਿਆਸਤ ਦਾ। ਸਿਰਫ ਆਮ ਆਦਮੀ ਪਾਰਟੀ ਨਹੀਂ ਬਲਕਿ ਹੋਰ ਤਮਾਮ ਧਿਰਾਂ ਵੀ ਇਸ ਵੇਲੇ ਪੂਰਾ ਦਮਖਮ ਵਿਖਾ ਰਹੀਆਂ ਨੇ। ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਰੈਲੀਆਂ, ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਪ੍ਰੈਸ ਕਾਨਫਰੰਸ ਅਤੇ ਹੋਰ ਤਮਾਮ ਜਨ ਸਭਾਵਾਂ ਨੂੰ ਸੰਬੋਧਿਤ ਕਰਨ ਵਰਗੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਮੰਤਵ ਅਤੇ ਟੀਚਾ ਇਸ ਦੇ ਪਿੱਛੇ ਸਿਰਫ ਇੱਕ ਹੀ ਕਿ ਆਮ ਲੋਕਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਇਹ ਯਕੀਨ ਦਵਾਇਆ ਜਾ ਸਕੇ ਕਿ ਉਹਨਾਂ ਦੀ ਹੀ ਸਰਕਾਰ ਬਣਨ ਜਾ ਰਹੀ ਹੈ। ਸੋ ਇੱਕ ਮੌਕੇ ਦੀ ਮੰਗ ਦੇ ਵਿੱਚ, ਇੱਕ ਮੌਕੇ ਦੀ ਤਲਾਸ਼ ਦੇ ਵਿੱਚ ਆਮ ਆਦਮੀ ਪਾਰਟੀ ਫਿਲਹਾਲ ਪੰਜਾਬ ਦੀ ਹਰ ਗਲੀ ਨਾਪ ਰਹੀ ਹੈ, ਹਰ ਨੁੱਕੜ ਨਾਪ ਰਹੀ ਹੈ। ਪਰ ਕੀ ਇਹ ਇੱਕ ਮੌਕਾ ਪੰਜਾਬ ਦੀ ਜਨਤਾ ਦੇਵੇਗੀ? ਕਿਉਂਕਿ ਮੌਕਾ ਅੱਜ ਨਰਿੰਦਰ ਮੋਦੀ ਵੀ ਮੰਗਦੇ ਨਜ਼ਰ ਆਏ। ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਜੇ ਤੱਕ ਮੈਨੂੰ ਸੇਵਾ ਦਾ ਮੌਕਾ ਨਹੀਂ ਦਿੱਤਾ, ਮੈਂ ਅਗਲੇ 5 ਸਾਲ ਚਾਹੁੰਦਾ। ਹੁਣ ਮੌਕੇ ਦੀ ਇਸ ਝਾਕ ਦੇ ਵਿੱਚ, ਮੌਕੇ ਦੀ ਇਸ ਦੌੜ ਦੇ ਵਿੱਚ ਪੰਜਾਬ ਦੀ ਜਨਤਾ ਕਿਸ ਦੇ ਹੱਥ ਕਮਾਨ ਦੇਵੇਗੀ, ਕਿਸ ਦੇ ਸਿਰ ਪਾਏਗੀ ਸੱਤਾ ਦਾ ਤਾਜ, ਕਿਸ ਦੇ ਸਿਰ ਹੋਏਗੀ ਪੰਜਾਬ ਦੀ ਕਮਾਨ? ਨਤੀਜੇ ਜ਼ਰੂਰ 10 ਤਰੀਕ ਨੂੰ ਆਉਣੇ ਨੇ, ਪਰ ਇਹ ਨਤੀਜੇ, ਇਹ ਕਿਸਮਤ ਦਾ ਫੈਸਲਾ 20 ਤਰੀਕ ਨੂੰ ਹੀ ਕੈਦ ਹੋ ਜਾਏਗਾ ਮਸ਼ੀਨਾਂ ਦੇ ਵਿੱਚ। ਸੋ ਪੰਜਾਬ ਦੀ ਜਨਤਾ ਕੋਲ ਕੁਝ ਹੀ ਦਿਨ ਦਾ ਸਮਾਂ ਹੋਰ ਬਾਕੀ ਹੈ ਸੋਚ ਵਿਚਾਰ ਕਰਨ ਦੇ ਲਈ ਕਿ ਆਖਰ ਵੋਟ ਪਾਉਣੀ ਹੈ ਤਾਂ ਕਿਹਨੂੰ ਪਾਈ ਜਾਵੇ। ਪਰ ਇੱਥੇ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਜ਼ਰੂਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰੇਗਾ, ਅਪੀਲ ਕਰੇਗਾ ਕਿ ਆਪਣੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ, ਵੋਟ ਜ਼ਰੂਰ ਭੁਗਤਾਓ, ਭਾਵੇਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਹੋਵੇ। ਜੇ ਕੋਈ ਪਾਰਟੀ ਨਹੀਂ ਤੁਹਾਨੂੰ ਸਮਰੱਥ ਲੱਗਦੀ ਤਾਂ ਭਾਵੇਂ ਨੋਟਾਂ ਦਾ ਬਟਨ ਦਬਾ ਕੇ ਆਓ, ਪਰ ਬਟਨ ਦੱਬੋ ਜ਼ਰੂਰ। ਲੋਕਤੰਤਰ ਦਾ ਇਹ ਮਹਾਨ ਪਰਵ, ਇਹ ਵੱਡਾ ਤਿਉਹਾਰ, ਇਹ ਦਿਹਾੜਾ, ਇਸ ਨੂੰ ਆਪਣੇ ਅੰਦਾਜ਼ ਦੇ ਵਿੱਚ ਮਨਾਓ ਜ਼ਰੂਰ, ਪਰ ਆਪਣੇ ਹੱਕ ਦੀ ਇਸਤੇਮਾਲ ਕਰਦਿਆਂ ਹੋਇਆਂ ਆਪਣੀ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਓ। ਜਲੰਧਰ ਰੋਡ ਸ਼ੋਅ ਦੀਆਂ ਇਹ ਤਸਵੀਰਾਂ ਨੇ, ਇਸੇ ਤਰ੍ਹਾਂ ਰੋਡ ਸ਼ੋਅ ਕੀਤੇ ਜਾ ਰਹੇ ਨੇ ਵੱਖੋ ਵੱਖ ਥਾਵਾਂ 'ਤੇ।
पूरा गज वज के लोगों के विचकार पहुंचा जा रहा है। लोगों को यकीन दवाया जा रहा है कि साड़ी सरकार बनेगी तो तुहाड़ियां सेहत सुविधावां भी सुधरनगियां, तुहानू सिक्ख्या नू लैके भी सुधार देंगे। व्यापारियों को भरोसा दिता जा रहा है कि व्यापार के विच सुखियाई मिलेगी, नौजवानों को भरोसा दिता जा रहा है कि रुजगार मिलेगा, महिलावां नू उन्हां दी सुरक्षा नू लैके वड्डे वड्डे वादे किए जा रहे हैं। ये तमाम वादे दावे ग्राउंड से फिलहाल मूहों तो बखान कर रहे हैं तमाम पार्टियां दे लीडर, पर जदों सत्ता दा ताज किसी दे सिर आएगा फिर वो पार्टी जदों सत्ताधारी धिर होएगी उदों इन्हां वादियां नू दावियां नू किन्ना कु याद रखेगी ये वेखना होएगा, क्योंकि हर बार इस सियासत दे कायदे कानून किते लिखे तो नहीं पर नज़र जरूर आउंदा ग्राउंड ते। ये नेम बन चुके ने कि चोणां तो पहला तो पैरी पैण तक जाते हैं तो उस तो बाद फिर पैरों फड़ खिंचण तक जाते हैं आम लोगों को सियासतदान। तो हुण तमाम सियासी धिरां की आखीर होएगी वह तो 20 तरीक दसेगी या दसेगी पंजाब की जनता।